ਭਰਜਾਈ ਜਚੀ ਨੀ ਨਾਤੀ ਨੀ ਹੋਣੀ। ਸਤਿ ਸ਼੍ਰੀ ਅਕਾਲ, ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ? ਬਹੁਤ ਵਧੀਆ ਲੱਗੀ। ਔਰ ਕਿਹਦਾ ਰੋਲ ਸਭ ਤੋਂ ਵਧੀਆ ਲੱਗਾ ਤੇ ਕਿੰਨੇ ਸਟਾਰ ਦਿਓਗੇ ਫਿਰ? 5 ਆਊਟ ਆਫ 5 ਤੇ ਰੋਲ ਵਧੀਆ ਲੱਗਾ ਕਰਮਜੀਤ ਨੂੰ। ਕਿੰਨੇ ਸਟਾਰ ਦਿਓਗੇ ਔਰ ਕਿੱਦਾਂ ਦੀ ਲੱਗੀ? ਬਹੁਤ ਵਧੀਆ ਲੱਗੀ, ਵਧੀਆ ਐਂਟਰਟੇਨਮੈਂਟ ਸੀ ਤੇ ਮੇਰੇ ਵੱਲੋਂ ਤਾਂ 5 ਸਟਾਰ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਫਿਲਮ ਨੂੰ ਕਿੰਨੇ ਸਟਾਰ ਦਿਓਗੇ? 10 10 ਜੇ ਥੋੜੀ ਜੀ ਭੰਗ ਚੱਕ ਲਿਆ ਪਕੌੜੇ ਤਲ ਲਾਂਗੇ। ਕਦੀ ਕਹਿੰਦਾ ਦਾਰੂ ਦੀ ਭੱਠੀ ਲਾ ਲਓ, ਕਦੀ ਕਹਿੰਦਾ ਭੰਗ ਦੇ ਪਕੌੜੇ ਤਲ ਲਓ। ਤੁਸੀਂ ਵਿਆਹ ਕਰ ਰਹੇ ਕਿ ਨਸ਼ੇ? ਅਸੀਂ ਤਾਂ ਨਸ਼ੇ ਹੀ ਕਰਨੇ ਬਹੁਤ। ਤੁਸੀਂ ਕਿੰਨੇ ਸਟਾਰ? 5 ਸਟਾਰ ਹੈ ਜੀ, ਬਹੁਤ ਵਧੀਆ ਮੂਵੀ ਹੈ, ਲਾਈਕ ਇਟ। ਇਸ ਫੈਮਿਲੀ ਮੂਵੀ ਹੈ, ਸਾਰਿਆਂ ਨੂੰ ਰਿਕਵੈਸਟ ਹੈ ਸਾਰੇ ਦੇਖਣ ਆਉਣ ਫੈਮਿਲੀ ਵਾਲੇ, ਇਟ ਵੈਰੀ ਗੁੱਡ ਮੂਵੀ। ਔਰ ਕਿਹੜਾ ਕੈਰੈਕਟਰ ਜ਼ਿਆਦਾ ਵਧੀਆ ਲੱਗਾ ਤੁਹਾਨੂੰ? ਸਾਨੂੰ ਤਾਂ ਗਿੱਪੀ ਗਰੇਵਾਲ ਹੀ ਵਧੀਆ ਲੱਗਿਆ ਜੀ। ਕੀ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ? 3.5। ਕਿੰਨੇ ਸਟਾਰ ਦਿਓ? 5 to 5। ਹਲੇ ਕਿਸੇ ਨੇ ਗਲਤੀ ਨਹੀਂ ਕੀਤੀ, ਮੁਰਗਾ ਕਿਵੇਂ ਬਣਾਦਾ? ਕਿੰਨੇ ਸਟਾਰ ਦਿਓਗੇ? 5। ਠੀਕ ਹੈ ਜੀ, 5। ਸਤਿ ਸ਼੍ਰੀ ਅਕਾਲ ਜੀ, ਤੁਸੀਂ ਫਿਲਮ ਨੂੰ ਕਿੰਨੇ ਸਟਾਰ ਦਿਓਗੇ? 5। ਔਰ ਕਿੱਦਾਂ ਦੀ ਲੱਗੀ? ਬਹੁਤ ਵਧੀਆ ਸੀ ਜੀ। ਜ਼ਿਆਦਾ ਵਧੀਆ ਕਰੈਕਟਰ ਕਿਹੜਾ ਲੱਗਾ? ਗਿੱਪੀ ਗਰੇਵਾਲ ਦਾ ਜੀ। ਸਤਿ ਸ਼੍ਰੀ ਅਕਾਲ, ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ? ਬਹੁਤ ਵਧੀਆ ਲੱਗੀ। ਔਰ 5 ਵਿੱਚੋਂ ਕਿੰਨੇ ਸਟਾਰ? 5 ਜੀ। ਔਰ ਤੁਸੀਂ 5 ਵਿੱਚੋਂ ਕਿੰਨੇ ਨੰਬਰ ਦਿਓਗੇ? 5। ਮੈਂ ਤੇਰੇ ਲਈ ਸੀਰੀਅਸ ਹੋ ਗਿਆ ਭਾਬੀ। ਇਦਾਂ ਕਿੱਦਾਂ ਸੀਰੀਅਸ ਹੋ ਗਿਆ? ਪਿੰਡ 'ਚ ਕੋਈ ਕੁੜੀ ਮੇਰੇ ਲਈ ਮਾੜਾ ਜਿਹਾ ਦੇਖ ਕੇ ਹੱਸ ਜਾਂਦੀ ਸੀ, ਮੈਂ ਤਾਂ ਉਹਦੇ ਲਈ ਸੀਰੀਅਸ ਹੋ ਜਾਂਦਾ ਸੀ। ਤੂੰ ਤਾਂ ਸ਼ਰੇਆਮ ਮੈਨੂੰ ਆ ਕੁਰਸੀ ਤੇ ਬਿਠਾ ਕੇ ਗੰਦੀਆਂ ਗੱਲਾਂ ਕੀਤੀਆਂ ਨੇ, ਤੇਰੇ ਪਿੱਛੇ ਤਾਂ ਮੈਂ ਲਿਟਦਾ ਫਿਰੂੰਗਾ।